ਵਰਕਿੰਗ ਜਰਨਲਿਸਟ ਐਸੋਸੀਏਸ਼ਨ ਮਲੋਟ ਵੱਲੋਂ ਕੌਮੀ ਪ੍ਰੈਸ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦਿਹਾੜੇ ਮੌਕੇ ਸਵਾਮੀ ਰਾਮ ਤੀਰਥ ਪਾਰਕ ਵਿਖੇ ਵੱਖ ਵੱਖ ਤਰ੍ਹਾਂ ਦੇ ਪੌਦੇ ਲਾਏ ਗਏ। ਐਸੋਸੀਏਸ਼ਨ ਦੇ ਸਰਪ੍ਰਸਤ ਸ਼੍ਰੀ ਹਰੀਸ਼ ਗਰੋਵਰ ਨੇ ਸਮੂਹ ਪੱਤਰਕਾਰਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਐਸੋਸੀਏਸ਼ਨ ਦੇ ਪ੍ਰਧਾਨ ਸ਼ਾਮ ਲਾਲ ਜਨੇਜਾ ਨੇ ਆਖਿਆ ਕਿ ਮੀਡੀਆ ਨੂੰ ਇਕਜੁੱਟ ਹੋ ਕੇ ਚੁਣੌਤੀਆਂ ਦਾ ਸਾਹਮਣਾ ਕਰਨਾ ਚਾਹੀਦਾ ਹੈ। ਇਸ ਮੌਕੇ ਸਮੂਹ ਪੱਤਰਕਾਰਾਂ ਨੇ ਇਕਜੁੱਟ ਹੋਣ ਦਾ ਪ੍ਰਣ ਲਿਆ। ਸਭ ਤੋਂ ਪਹਿਲਾਂ ਤਾਂ ਸਾਰੇ ਜਿਹੜੇ ਭਾਈਚਾਰਾ ਉਹਨੂੰ ਇਸ ਪੱਤਰਕਾਰਤਾ ਦੀ ਤੁਸੀਂ ਲੱਖ ਲੱਖ ਵਧਾਈ। ਮੈਂ ਪਹਿਲਾਂ ਗੱਲ ਕਰਦਾ ਸੀ ਕਿ ਅੱਜ ਸਾਰੇ ਕਿਸਮ ਦੀ ਮੀਡੀਆ ਬੜਾ ਬਲਵਾਨ ਹੋਇਆ, ਪਰ ਜਿਹੜੀਆਂ ਮਤਲਬ ਇਹਨੂੰ ਚੁਣੌਤੀਆਂ ਨੇ ਉਹ ਪਹਿਲਾਂ ਨਾਲੇ ਵਧੀਆਂ ਜਾਂਦੀਆਂ ਨੇ। ਬੇਸ਼ੱਕ ਮੀਡੀਆ ਸਟਰੋਂਗ ਹੈ, ਹਰ ਪੱਖੋਂ ਇਲੈਕਟ੍ਰੋਨਿਕ ਮੀਡੀਆ ਆਇਆ ਹੋਰ, ਪਰ ਜਿਹੜੀਆਂ ਚੁਣੌਤੀਆਂ ਨੇ ਇਹ ਪਹਿਲਾਂ ਨਾਲੋਂ ਵੀ ਵਧਦੀਆਂ ਜਾਂਦੀਆਂ, ਕਿਉਂਕਿ ਜਿੰਨਾ ਮੀਡੀਆ ਸਟਰੋਂਗ ਹੋਇਆ ਉੱਨੀ ਉੱਚੀ ਆਵਾਜ਼ ਚੁੱਕੇਗਾ, ਉੱਨੀਆਂ ਚੁਣੌਤੀਆਂ ਇਹਨੂੰ ਨੇ। ਠੀਕ ਹੈ, ਅਸੀਂ ਅੱਜ ਮਲੋਟ ਹੋਏਗਾ ਸਾਡਾ ਵਰਕਿੰਗ ਜਰਨਲਿਸਟ ਐਸੋਸੀਏਸ਼ਨ, ਉਹਦੇ ਵੱਲੋਂ ਇੱਕ ਤਾਂ ਅਸੀਂ ਅੱਜ ਇਸ ਜਿਹੜੇ ਦਿਵਸ 'ਤੇ ਅਸੀਂ ਤਿਆਰ ਕਰਦੇ ਹਾਂ ਵੀ ਅਸੀਂ ਜਿਹੜੀ ਇਸ ਅੱਜ ਜਿਹੜਾ ਜਿਹੜਾ ਕੰਮ ਹੈ ਸਾਡਾ ਕੀਤਾ ਇਹਦੇ ਪ੍ਰਤੀ ਪੂਰੀ ਪ੍ਰਤੀਬੱਧਤਾ ਕਰਾਂਗੇ ਕੰਮ। ਅਤੇ ਇੱਕ ਅਸੀਂ ਇਸ ਸੰਬੰਧ 'ਚ ਅੱਜ ਜਿਹੜਾ ਅਸੀਂ ਇਹ ਬੂਟੇ ਲਾ ਕੇ ਅਤੇ ਪ੍ਰਦੂਸ਼ਣ ਦੇ ਵਿਰੁੱਧ ਇੱਕ ਜਿਹੜੀ ਅਸੀਂ ਚੁੱਕਿਆ ਕਦਮ ਹੈ। ਅਤੇ ਮੈਂ ਇੱਕ ਵਾਰੀ ਫਿਰ ਸਾਰੇ ਪੱਤਰਕਾਰ ਭਾਈਚਾਰੇ ਨੂੰ ਵਧਾਈ, ਪੱਤਰਕਾਰ ਦਿਵਸ 'ਤੇ ਸਾਰੇ ਪੱਤਰਕਾਰ ਭਾਈਚਾਰੇ ਨੂੰ ਲੱਖ ਲੱਖ ਵਧਾਈ। ਇਸ ਮੌਕੇ 'ਤੇ ਸਾਰੇ ਪੱਤਰਕਾਰ ਵੀਰਾਂ ਨੂੰ ਇੱਕ ਸੰਦੇਸ਼ ਇਹ ਹੈ ਕਿ ਆਪਾਂ ਲੋਕਾਂ ਦੀਆਂ ਆਵਾਜ਼ਾਂ ਨੂੰ ਸਰਕਾਰ ਤੱਕ ਪਹੁੰਚਾਉਣਾ ਹੁੰਦਾ ਔਰ ਸਰਕਾਰ ਦੀਆਂ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੁੰਦਾ। ਉਸ ਤੋਂ ਪਹਿਲੇ ਸਾਡਾ ਇੱਕ ਫਰਜ਼ ਬਣਦਾ ਹੈ ਕਿ ਅਸੀਂ ਆਪ ਆਪਣੇ ਛੋਟੇ ਮੋਟੇ ਮਤਭੇਦ ਭੁਲਾ ਕੇ ਅਸੀਂ ਆਪ ਇਕੱਠੇ ਹੋਈਏ ਅਤੇ ਫਿਰ ਜਿਹੜੀ ਹੈ ਅਸੀਂ ਪੂਰੀ ਬੁਲੰਦੀ ਨਾਲ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾ ਸਕਦੇ ਹਾਂ। ਮੇਰਾ ਇਹ ਸੰਦੇਸ਼ ਹੈ ਇਸ ਮੌਕੇ 'ਤੇ। ਸਾਰੇ ਪੱਤਰਕਾਰ ਭਾਈਚਾਰੇ ਨੂੰ ਲੱਖ ਲੱਖ ਵਧਾਈ।